ਮਾਈਕਰੋਸਾਫਟ ਨੇ 3 ਭਾਰਤੀ ਭਾਸ਼ਾਵਾਂ ਲਈ ਜਾਰੀ ਕੀਤਾ ਸਪੀਚ ਕਾਰਪਸ। ਮਾਈਕਰੋਸਾਫਟ ਇੰਡੀਆ ਨੇ ਐਲਾਨ ਕੀਤਾ ਹੈ ਕਿ ਮਾਈਕਰੋਸਾਫਟ ਨੇ 3 ਭਾਰਤੀ ਜ਼ਬਾਨਾਂ ਤੇਲਗੂ, ਤਾਮਿਲ ਤੇ ਗੁਜਰਾਤੀ ਲਈ ਸਪੀਚ ਕਾਰਪਸ ਨੂੰ ਜਾਰੀ ਕੀਤਾ ਹੈ। ਇਹਨਾਂ 3 ਭਾਸ਼ਾਵਾਂ ਵਿੱਚ ਸਪੀਚ ਸਿਖਲਾਈ ਤੇ ਟੈਸਟ ਡਾਟਾ ਪੇਸ਼ ਕੀਤਾ ਗਿਆ ਹੈ। ਮਾਈਕਰੋਸਾਫਟ ਦਾ ਉਦੇਸ਼ ਹੈ ਕਿ ਖੋਜਕਰਤਾਵਾਂ ਅਤੇ ਅਕਾਦਮੀਆਂ ਨੂੰ ਇਸ ਨਾਲ ਮਦਦ ਦੇਣੀ ਹੈ।